ਮੇਰਾ ਭਾਈ ਜਾਨ 2 ਯੂਰੋ ਤੋਂ 50 ਸੈਂਟ ਖਰਚਾ ਆਇਆ ਜੀ। ਹਾਂ ਹਾਂ, ਇਸ ਤੋਂ ਪਹਿਲੇ ਜਿਹੜੇ ਏਜੰਟ ਵਾਪਿਆ ਸਾਂ ਉਹ ਮੰਗਦਾ ਕੋਈ 300 ਯੂਰੋ ਮੰਗਦਾ ਸੀ, ਕੋਈ 400 ਮੰਗਦਾ ਸੀ, ਕੋਈ 500 ਮੰਗਦਾ ਸੀ, ਕੋਈ 650 ਮੰਗਦਾ ਸੀ। ਹਾਂ, ਲੇਕਿਨ ਮੇਰੀ ਖੁਸ਼ਕਿਸਮਤੀ ਹੈ, ਮੈਨੂੰ ਕੋਈ ਅੱਲਾ ਦੇ ਬੰਦੇ 2 ਮਿਲੇ ਨੇ, ਉਹਨਾਂ ਨੂੰ ਮੁਲਾਕਾਤ ਉਹਨਾਂ ਨਾਲ ਹੋਈ ਹੈ। ਮੈਂ ਆਖਿਆ 20-25 ਲੱਖ ਹੋਏਗੀ ਜਿਹੜੇ ਖਰਚਾ ਆਉਣਾ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ ਹੋ ਹੀ ਜਾਏਗਾ। ਭਾਈ ਅਫਜ਼ਾਲ ਵੀ ਮੈਨੂੰ ਮਿਲੇ ਸਾ ਜੀ ਪਾਕਿਸਤਾਨੀ, ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਹੈ। ठीक भाई अफजाल, लाओ जरा सामने, दसो जरा तुहाडी अपनी फाइल किवें लॉक हुई है ते किन्ने च लॉक हुई है? पांच सौ यूरो च फाइल लॉक कराई है। मतलब के लब लेने तुहानू बंदे लब जांदे ने, लोकां नू नहीं लबदे? भाई जान नीयत साफ होए, अल्लाह पाक सारे दस्से जिहड़ा खुद ही निकाल देंदा वा। बंदे ने थोड़ी कोशिश करनी चाहीदी आ ते मैनूं भाई अफजाल हुणी मिले ਅਤੇ ਇਹਨਾਂ ਦੀ ਵਜ੍ਹਾ ਨਾਲ ਮੇਰੇ ਜਿਹੜੇ 2.5 ਯੂਰੋ ਖਰਚ ਆਇਆ, ਨਹੀਂ ਤਾਂ ਮੇਰੇ ਕੋਲ 500-650 ਤੱਕ ਨਿਕ ਮੰਗਦੇ ਰਹੇ ਅਤੇ ਦਿਨ ਵੀ ਕੋਈ ਖਾਸ ਨਹੀਂ ਲੱਗੇ, 12-13 ਦਿਨ ਲੱਗੇ ਰਹੇ ਅਤੇ ਬਿਲਕੁਲ ਦਫ਼ਤਰਾਂ ਦੇ ਵਿੱਚ ਜਾ ਕੇ ਅਤੇ ਉਹ ਦਸਤੀ ਬਣ ਗਈ ਹੈ।